ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਨਤਾ ਨੂੰ ਅਪੀਲ ਕਰਦੇ ਆਂ ਵੀ ਸਾਡੀ ਐਨਜੀਓ ਵੱਲੋਂ ਜੋ ਇੱਕ ਪ੍ਰਯਾਸ ਕੀਤਾ ਗਿਆ ਇਸ ਪ੍ਰਯਾਸ ਦੇ ਵਿੱਚ ਸਾਡਾ ਸਾਥ ਦੇਣ ਦੇਖੋ ਇਸ ਤੋਂ ਪਿਛਲੇ ਸਾਲਾਂ ਵਿੱਚ ਸਾਡੀਆਂ ਧੀਆਂ ਪੈਣਾ ਬੱਚਿਆਂ ਨਾਲ ਬਹੁਤ ਹਾਦਸੇ ਹੋ ਚੁੱਕੇ ਔਰ ਇਨ ਹਾਦਸਿਆਂ ਵਿੱਚ ਸਾਡੀ ਇੱਕ ਭੈਣ ਦੀ ਜਾਨ ਵੀ ਗਈ ਹੈ ਔਰ ਕਈਆਂ ਹਾਦਸੇ ਉਂਗਲਾਂ ਕੱਟ ਗਈਆਂ ਗਰਦਨਾ ਕੱਟ ਗਈਆਂ ਦੇਖੋ ਇਹ ਜਿਹੜਾ ਫੋਸਫੋਰਸ ਦਾ ਤਿਹਾਰ ਹੈ ਬਹੁਤ ਸ਼ਾਨ ਵਾਲਾ ਤਿਹਾਰ ਹੈ ਆਪਾਂ ਇਹਨੂੰ ਰਲ ਮਿਲ ਕੇ ਮਨਾਈਏ ਔਰ ਚਾਈਨਾ ਡੋਰ ਦਾ ਬਹਿਸ਼ਕਾਰ ਕਰੀਏ ਸਾਡਾ ਮੋਟਿਵ ਇਹ ਹੈ ਬਿਹਾਰ ਘਰ ਵਿੱਚ ਇਸ ਵਾਰ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਔਰ ਜਿਹੜਾ ਇਹ ਤਿਉਹਾਰ ਆਪਾਂ ਨਾਲ ਮਿਲ ਕੇ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਈਏ ਤੇ ਕਿਤੇ ਕਿਤੇ ਜਾ ਕੇ ਵੀ ਮੈਸੇਜ ਦੇ ਰਹੇ ਸਾਂ ਦੇਖੋ ਜੀ ਇਹ ਮੈਸੇਜ ਅਸੀਂ ਜਿਹੜੇ ਹੈਗੇ ਸਕੂਲਾਂ ਹਸਪਤਾਲਾਂ ਔਰ ਕਾਲਜਿਸ ਵਿੱਚ ਔਰ ਜਿੱਥੇ ਜਿਹੜੀ ਪਬਲਿਕ ਦੀ ਭੀੜ ਹੈ ਉੱਥੇ ਜਾ ਕੇ ਮੈਸੇਜਸ ਦੇ ਰਹੇ ਆ ਔਰ ਆਮ ਜਨਤਾ ਨੂੰ ਅਪੀਲ ਕਰ ਰਹੇ ਆ ਵੀ ਚਾਈਨਿਸ ਡੋਰਾ ਦਾ ਬहिष्कार ਕਰੋ ਕੀ ਲੱਗਦਾ ਇਦਾਂ ਹੋਊਗਾ ਬੰਦ ਦੇਖੋ ਜੀ ਪਿਛਲੇ ਬਰੇ ਤੋਂ 25 ਤੋਂ 30% ਜੋ ਐਸੀ ਪਿਛਲੀਆਂ ਰਿਪਰਿਆਸ ਕੀਤਾ ਸੀਗਾ ਉਹਦੇ ਵਿੱਚ ਕਮੀ ਆਈ ਸੀਗੀ ਔਰ ਸਾਨੂੰ ਇਸ ਵਾਰ ਉਮੀਦ ਹੈ ਵੀ ਫਿਰੋਜ਼ਪੁਰ ਦੀ ਜਨਤਾ ਸਾਡਾ ਇਸ ਵਾਰ ਪੂਰਨ ਰੂਪ ਤੇ ਸਾਥ ਦੇएगी ਅਰੇ ਅਤੇ ਲੋਕਾਂ ਵਿੱਚ ਅਵੇਅਰਨੈਸ ਜ਼ਰੂਰ ਪਹੁੰਚੇਗੀ ਮੈਂ ਸਰ ਐਡਵੋਕੇਟ ਰੋਹਿਤ ਔੜਾ ਜ਼ਿਲਕ ਚਰਿਆ ਤੋਂ ਜੀ ਸਰ ਸਾਡੀ ਮੈਸੇਜ ਹੀ ਦੇ ਰਹੇ ਹਾਂ ਅਸੀਂ ਮੈਸੇਜ ਦੇ ਰਹੇ ਹਾਂ ਕਿ ਚਾਈਨਾ ਡੋਰਾਂ ਦਾ ਬਹਿਸ਼ਕਾਰ ਕਰੋ ਚਾਈਨਿਸ ਡੋਰ ਜਿਹੜਾ ਪਲਾਸਟਿਕ ਦਾ ਟੱਗ ਹੈ ਇਨ ਨੂੰ ਯੂਜ਼ ਨਹੀਂ ਕਰਨਾ ਇਹਦੇ ਨਾਲ ਬਹੁਤ ਹਾਦਸੇ ਹੋ ਜਾਂਦੇ ਆ ਤੇ ਜਿਹੜੀ ਤਾਗੇ ਵਾਲੀ ਡੋਰ ਆ ਉਸ ਨੂੰ ਯੂਜ਼ ਕਰੋ ਤਾਂ ਕਿ ਇਹ ਤਿਹਾਰ ਜਿਹੜਾ ਬਸੰਤ ਦਾ ਤਿਹਾਰ ਹੈ ਫਿਰੋਜ਼ਪੁਰ ਵਾਸੀਆਂ ਦਾ ਇੱਕੋ ਹੀ ਸਭ ਤੋਂ ਵੱਡਾ ਤਿਹਾਰ ਹੈ ਇੱਥੇ ਲੋਕੀ ਬਾਹਰ ਤੋਂ ਵੀ ਆਂਦੇ ਆ ਜਦੋਂ ਤੋਂ ਇਹ ਤਾਗੇ ਵਾਲੀ ਡੋਰਾ ਬੰਦ ਹੋਈ ਹੈ ਲੋਕੀ ਚਾਈਨੀ ਡੋਰ ਜਵਰਤਨ ਲੱਗੇ ਆ ਲੋਕੀ ਬਾਹਰੋਂ ਆਣੇ ਵੀ ਕੱਟ ਗਏ ਆ ਸਰ ਕਿੱਥੇ ਕਿੱਥੇ ਜਗ੍ਹਾ ਮੈਸੇਜ ਦੇ ਰਹੇ ਤੁਸੀਂ ਅਸੀਂ ਸਰ ਹਰ ਸਕੂਲ ਵਿੱਚ ਮੈਸੇਜ ਦੇ ਰਹੇ ਆ ਹਰ ਜਿੱਥੇ ਪਬਲਿਕ ਪਲੇਸ ਆ ਜਿੱਥੇ ਜ਼ਿਆਦਾ ਬੰਦੇ ਇਕੱਠੇ ਹੁੰਦੇ ਆ ਉਹਨਾਂ ਨੂੰ ਮੈਸੇਜ ਦੇ ਰਹੇ ਆ ਐਡਮਿਨਿਸਟ੍ਰੇਸ਼ਨ ਨੂੰ ਜਗਾ ਰਹੇ ਆ ਐਡਮਿਨਿਸਟ੍ਰੇਸ਼ਨ ਦੇ ਹਰ ਬੰਦੇ ਕੋਲ ਜਾ ਰਹੇ ਆ ਤਾਂ ਕਿ ਉਹ ਆਪਦੀ ਜਿਹੜੀ ਉਹਦੀ ਡਿਊਟੀ ਹੈਗੀ ਉਹ ਨਿਭਾਵੇ ਕੀ ਨਾਮ ਸਰ ਦਾ ਨਵੀਨ ਸ਼ਰਮਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਨਤਾ ਨੂੰ ਅਪੀਲ ਕਰਦੇ ਆਂ ਵੀ ਸਾਡੀ ਐਨਜੀਓ ਵੱਲੋਂ ਜੋ ਇੱਕ ਪ੍ਰਯਾਸ ਕੀਤਾ ਗਿਆ ਇਸ ਪ੍ਰਯਾਸ ਦੇ ਵਿੱਚ ਸਾਡਾ ਸਾਥ ਦੇਣ ਦੇਖੋ ਇਸ ਤੋਂ ਪਿਛਲੇ ਸਾਲਾਂ ਵਿੱਚ ਸਾਡੀਆਂ ਧੀਆਂ ਪੈਣਾ ਬੱਚਿਆਂ ਨਾਲ ਬਹੁਤ ਹਾਦਸੇ ਹੋ ਚੁੱਕੇ ਹਨ ਔਰ ਇਨ ਹਾਦਸਿਆਂ ਵਿੱਚ ਸਾਡੀ ਇੱਕ ਭੈਣ ਦੀ ਜਾਨ ਵੀ ਗਈ ਹੈ ਔਰ ਕਈਆਂ ਹਾਦਸੇ ਉਂਗਲਾਂ ਕੱਟ ਗਈਆਂ ਗਰਦਨਾ ਕੱਟ ਗਈਆਂ ਦੇਖੋ ਇਹ ਜਿਹੜਾ ਫੋਸਫੋਰਸ ਦਾ ਤਿਹਾਰ ਹੈ ਬਹੁਤ ਸ਼ਾਨ ਵਾਲਾ ਤਿਹਾਰ ਹੈ ਆਪਾਂ ਇਹਨੂੰ ਰਲ ਮਿਲ ਕੇ ਮਨਾਈਏ ਔਰ ਚਾਈਨਾ ਡੋਰ ਦਾ ਬਹਿਸ਼ਕਾਰ ਕਰੀਏ ਸਾਡਾ ਮੋਟਿਵ ਇਹ ਹੈ ਵੀ ਹਰ ਘਰ ਵਿੱਚ ਇਸ ਵਾਰ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਔਰ ਜਿਹੜਾ ਇਹ ਤਿਉਹਾਰ ਆਪਾਂ ਰਲ ਮਿਲ ਕੇ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਈਏ ਕਿੱਥੇ ਕਿਥੇ ਜਾ ਕੇ ਤੁਸੀਂ ਮੈਸੇਜ ਦੇ ਰਹੇ ਸਾਰੇ ਦੇਖੋ ਜੀ ਇਹ ਮੈਸੇਜ ਅਸੀਂ ਜਿਹੜੇ ਹੈਗੇ ਸਕੂਲਾਂ ਹਸਪਤਾਲਾਂ ਔਰ ਕਾਲਜਿਸ ਵਿੱਚ ਔਰ ਜਿੱਥੇ ਜਿਹੜੀ ਪਬਲਿਕ ਦੀ ਭੀੜ ਹੈ ਉੱਥੇ ਜਾ ਕੇ ਮੈਸੇजेस ਦੇ ਰਹੇ ਆ ਔਰ ਆਮ ਜਨਤਾ ਨੂੰ ਅਪੀਲ ਕਰ ਰਹੇ ਆ ਵੀ ਚਾਈਨੀਜ਼ ਡੋਰਾ ਦਾ ਬहिष्कार ਕਰੋ ਕੀ ਲੱਗਦਾ ਐਦਾਂ ਹੋਊਗਾ ਬੰਦ ਦੇਖੋ ਜੀ ਪਿਛਲੇ ਬਰੇ ਤੋਂ 25 ਤੋਂ 30% ਜੋ ਅਸੀਂ ਪਿਛਲੇ ਉਹ ਪ੍ਰਯਾਸ ਕੀਤਾ ਸੀਗਾ ਉਹਦੇ ਵਿੱਚ ਕਮੀ ਆਈ ਸੀਗੀ ਔਰ ਸਾਨੂੰ ਇਸ ਵਾਰ ਉਮੀਦ ਹੈ ਵੀ ਫਿਰੋਜ਼ਪੁਰ ਦੀ ਜਨਤਾ ਸਾਡਾ ਇਸ ਵਾਰ ਪੁਨਰ ਰੂਪ ਤੇ ਸਾਥ ਦੇਗੀ ਅਰੇ ਅਤੇ ਲੋਕਾਂ ਵਿੱਚ ਅਵੇਰਨੈਸ ਜ਼ਰੂਰ ਪਹੁੰਚੇਗੀ। ਮੈਂ ਸਰ ਐਡਵੋਕੇਟ ਰੋਹਿਤ ਔੜਾ ਜ਼ਿਲਖਚਰੀਆ ਤੋਂ ਜੀ ਸਰ ਸਾਡੀ ਮੈਸੇਜ ਹੀ ਦੇ ਰਹੇ ਹਾਂ। ਅਸੀਂ ਮੈਸੇਜ ਦੇ ਰਹੇ ਹਾਂ ਕਿ ਚਾਈਨਾ ਡੋਰਾ ਦਾ ਬਹਿਸ਼ਕਾਰ ਕਰੋ। ਚਾਈਨੀਸ ਡੋਰ ਜਿਹੜਾ ਪਲਾਸਟਿਕ ਦਾ ਤਾਗ ਹੈ ਇਹਨੂੰ ਯੂਜ਼ ਨਹੀਂ ਕਰਨਾ। ਇਹਦੇ ਨਾਲ ਬਹੁਤ ਹਾਦਸੇ ਹੋ ਜਾਂਦੇ ਆ ਤੇ ਜਿਹੜੀ ਤਾਗੇ ਵਾਲੀ ਡੋਰ ਆ ਉਸ ਨੂੰ ਯੂਜ਼ ਕਰੋ ਤਾਂ ਕਿ ਇਹ ਤਿਹਾਰ ਜਿਹੜਾ ਬਸੰਤ ਦਾ ਤਿਹਾਰ ਹੈ ਫਿਰੋਜ਼ਪੁਰ ਵਾਸੀਆਂ ਦਾ ਇੱਕੋ ਹੀ ਸਭ ਤੋਂ ਵੱਡਾ ਤਿਹਾਰ ਹੈ। ਇੱਥੇ ਲੋਕੀ ਬਾਹਰ ਤੋਂ ਵੀ ਆਉਂਦੇ ਆ ਜਦੋਂ ਤੋਂ ਇਹ ਧਾਗੇ ਵਾਲੀ ਡੋਰਾ ਬੰਦ ਹੋਈ ਹੈ ਲੋਕੀ ਚਾਈਨੀ ਡੋਰ ਜਵਰਤਨ ਲੱਗੇ ਆ ਲੋਕੀ ਬਾਹਰੋਂ ਆਣੇ ਵੀ ਕੱਟ ਗਏ ਆ ਸਰ ਕਿੱਥੇ ਕਿੱਥੇ ਮੈਸੇਜ ਦੇ ਰਹੇ ਤੁਸੀਂ ਅਸੀਂ ਸਰ ਹਰ ਸਕੂਲ ਵਿੱਚ ਮੈਸੇਜ ਦੇ ਰਹੇ ਆ ਹਰ ਜਿੱਥੇ ਪਬਲਿਕ ਪਲੇਸ ਆ ਜਿੱਥੇ ਜ਼ਿਆਦਾ ਬੰਦੇ ਇਕੱਠੇ ਹੁੰਦੇ ਆ ਉਹਨਾਂ ਨੂੰ ਮੈਸੇਜ ਦੇ ਰਹੇ ਆ ਐਡਮਿਨਿਸਟ੍ਰੇਸ਼ਨ ਨੂੰ ਜਗਾ ਰਹੇ ਆ ਐਡਮਿਨਿਸਟ੍ਰੇਸ਼ਨ ਦੇ ਹਰ ਬੰਦੇ ਕੋਲ ਜਾ ਰਹੇ ਆ ਤਾਂ ਕਿ ਉਹ ਆਪਦੀ ਜਿਹੜੀ ਉਹਦੀ ਡਿਊਟੀ ਹੈਗੀ ਉਹ ਨਿਭਾਵੇ ਕੀ ਨਾਮ ਹੈ ਸਰ ਦਾ ਨਵੀਨ ਸ਼ਰਮਾ